ਅਮਰਦੀਪ, ਕਿਸ ਤਰ੍ਹਾਂ ਇਹ ਸਬੱਬ ਬਣਿਆ ਕਿ ਮੋਦੀ ਸਾਹਿਬ ਦੇ ਸਿਰ ਦੇ ਉੱਤੇ ਦਸਤਾਰ ਸਜਾਉਣ ਦਾ ਤੁਹਾਨੂੰ ਮੌਕਾ ਮਿਲਿਆ? ਕਿਸ ਜਗ੍ਹਾ ਦੇ ਉੱਤੇ ਸਜਾਈ ਤੁਸੀਂ? ਕਿਤੇ ਕੋਈ ਵਿਸ਼ੇਸ਼ ਰੂਮ ਸੀਗਾ ਜਾਂ ਹੈਲੀਕਾਪਟਰ 'ਚ? ਤੇ ਇਸ ਤੋਂ ਪਹਿਲਾਂ ਤੁਸੀਂ ਕਿਹੜੀਆਂ ਸ਼ਖਸੀਅਤਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾ ਚੁੱਕੇ ਹੋ? ਸਰ, ਇਸ ਤੋਂ ਪਹਿਲਾਂ ਮੈਂ ਗੁਰਦਾਸ ਮਾਨ ਜੀ ਦੇ, ਉਹਨਾਂ ਦੇ ਬੇਟੇ ਦੀ ਵੈਡਿੰਗ ਤੇ, ਗੁਰਿਕ ਮਾਨ ਜੀ ਦੇ, ਰਣਜੀਤ ਦੋਸਾਂਝ ਜੀ ਦੇ, ਰਣਜੀਤ ਬਾਵਾ ਜੀ ਦੇ, ਬਾਲੀਵੁੱਡ ਐਕਟਰ ਕਰਨ ਗਰੋਵਰ ਜੀ ਦੇ ਵੈਡਿੰਗ ਤੇ ਬੱਤੀ ਸੀ। ਤੇ ਇਸ ਤੋਂ ਇਲਾਵਾ ਅਸੀਂ ਐਮੀ ਭਾਜੀ ਦੇ ਬਣ ਚੁੱਕੇ ਹਾਂ ਜੀ। ਕੱਲ੍ਹ ਅਕੀਦਾ ਸਾਹਿਬ, ਮੋਦੀ ਸਾਹਿਬ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਗਈ ਸੀਗੀ, ਉਹ ਦਸਤਾਰ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ, ਪਟਿਆਲਾ ਸ਼ਾਹੀ ਪੱਗ ਸੀਗੀ। ਅਤੇ ਜਿਸ ਨੌਜਵਾਨ ਨੇ ਉਹ ਦਸਤਾਰ ਸਜਾਈ ਸੀਗੀ, ਉਹ ਸਾਡੇ ਨਾਲ ਲਾਈਨ ਦੇ ਉੱਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਮਰਦੀਪ ਸਿੰਘ ਨੇ, ਅਮਰਦੀਪ ਜੀ, ਸਵਾਗਤ ਹੈ ਤੁਹਾਡਾ D5 ਚੈਨਲ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਭਾਜੀ, ਧੰਨਵਾਦ ਜੀ, ਸਵਾਗਤ ਹੈ ਤੁਹਾਡਾ ਜੀ। ਜੀ, ਅਤੇ ਅਮਰਦੀਪ, ਕਿਸ ਤਰ੍ਹਾਂ ਇਹ ਸਬੱਬ ਬਣਿਆ ਕਿ ਮੋਦੀ ਸਾਹਿਬ ਦੇ ਸਿਰ ਦੇ ਉੱਤੇ ਦਸਤਾਰ ਸਜਾਉਣ ਦਾ ਤੁਹਾਨੂੰ ਮੌਕਾ ਮਿਲਿਆ? ਭਾਜੀ, ਮੈਂ ਨਾ ਜੀ 18 ਸਾਲ ਤੋਂ ਦਸਤਾਰ ਦੀ ਸੇਵਾ ਕਰ ਰਿਹਾ ਜੀ। ਤੇ ਮਤਲਬ ਮੇਰੇ ਮਹਿਲ ਦੇ ਵਿੱਚ ਪੁਰਾਣੇ ਲਿੰਕ ਹੈਗੇ ਸੀ, ਜਿੱਦਾਂ ਮੈਂ ਜਾਂਦਾ ਸੀਗਾ ਸੀ ਪਹਿਲਾਂ ਵੀ ਜੀ, ਉੱਥੋਂ ਉਹਨਾਂ ਨੇ ਫਿਰ ਸਪੈਸ਼ਲੀ ਮੈਨੂੰ ਕੁਟਾਈ ਸੀ 2 ਦਿਨ ਪਹਿਲਾਂ ਜੀ, ਵੀ ਇੱਦਾਂ ਦਸਤਾਰ ਸਜਾਉਣੀ ਆ। ਤੇ ਉਸ ਤੋਂ ਬਾਅਦ ਜੀ ਮੇਰੀ, ਜਿਵੇਂ ਤੁਹਾਨੂੰ ਪਤਾ ਵੀ ਆਈ ਡੀ ਵਗੈਰਾ ਲੈਂਦੇ ਨੇ, ਸਾਰੀ ਇਨਕੁਆਇਰੀ ਹੁੰਦੀ ਹੈ। ਹਾਂਜੀ, ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਜੀ ਦਸਤਾਰ ਸਜਾਉਣ ਦਾ। ਕੱਲ ਅਸੀਂ ਦਸਤਾਰ ਸਜਾ ਗਿਆ ਸੀ ਉਹਨਾਂ ਦੇ। ਕਿਸ ਜਗ੍ਹਾ ਦੇ ਉੱਤੇ ਸਜਾਈ ਤੁਸੀਂ? ਕਿਤੇ ਕੋਈ ਵਿਸ਼ੇਸ਼ ਰੂਮ ਸੀਗਾ ਜਾਂ ਹੈਲੀਕਾਪਟਰ 'ਚ? ਸਰ, ਜਿੱਥੇ ਆਪਣਾ ਪ੍ਰੋਗਰਾਮ ਸੀਗਾ ਇਹਨਾਂ ਦਾ, ਮਤਲਬ ਆਪਣਾ ਪੋਰਟ ਦੇ ਵਿੱਚ, ਹਾਂਜੀ, ਸਟੇਜ ਦੀ ਬੈਕ ਸਾਈਡ ਤੇ ਇੱਕ ਰੂਮ ਤਿਆਰ ਕੀਤਾ ਹੋਇਆ ਸੀ ਜੀ। ਹਾਂਜੀ, ਉਸ ਦੇ ਅੰਦਰ ਜਦੋਂ ਮੋਦੀ ਸਾਹਿਬ YPS ਉਤਰੇ ਨੇ ਜਹਾਜ਼ ਤੋਂ ਜੀ, ਬਾਈ ਕਾਰ ਉਦੋਂ ਦੀ ਫਿਰ ਉਹ ਫੁੱਲ ਗਰਾਉਂਡ ਆਏ ਨੇ, ਆਉਂਦੇ ਸਾਰੀ ਉਸ ਰੂਮ 'ਚ ਆਏ ਸੀਗੇ ਜੀ। ਤੇ ਉਸ ਰੂਮ ਦੇ ਵਿੱਚ ਅਸੀਂ ਦਸਤਾਰ ਸੀ ਕਰੀ ਸੀ ਜੀ। ਤੇ ਇਸ ਤੋਂ ਪਹਿਲਾਂ ਤੁਸੀਂ ਕਿਹੜੀਆਂ ਸ਼ਖਸੀਅਤਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾ ਚੁੱਕੇ ਹੋ? ਸਰ, ਇਸ ਤੋਂ ਪਹਿਲਾਂ ਮੈਂ ਗੁਰਦਾਸ ਮਾਨ ਜੀ ਦੇ, ਉਹਨਾਂ ਦੇ ਬੇਟੇ ਦੀ ਵੈਡਿੰਗ ਤੇ, ਗੁਰਿਕ ਮਾਨ ਜੀ ਦੇ, ਰਣਜੀਤ ਦੋਸਾਂਝ ਜੀ ਦੇ, ਰਣਜੀਤ ਬਾਵਾ ਜੀ ਦੇ, ਬਾਲੀਵੁੱਡ ਐਕਟਰ ਕਰਨ ਗਰੋਵਰ ਜੀ ਦੇ ਵੈਡਿੰਗ ਤੇ ਬੱਤੀ ਸੀ ਜੀ। ਤੇ ਇਸ ਤੋਂ ਇਲਾਵਾ ਅਸੀਂ ਐਮੀ ਭਾਜੀ ਦੇ ਬਣ ਚੁੱਕੇ ਹਾਂ ਜੀ, ਮਤਲਬ ਪੰਜਾਬੀ ਕਲਾਕਾਰਾਂ ਦੇ, ਪਰਮੇਸ਼ ਵਰਮਾ ਜੀ ਦੇ ਬ੍ਰਦਰ ਦੀ ਵੈਡਿੰਗ ਸੀ ਉਹਨਾਂ ਦੇ ਬੰਨੀ ਸੀ ਜੀ, ਪਰਮੇਸ਼ ਵਰਮਾ ਜੀ ਦੇ ਬੰਨੀ ਸੀਗੀ, ਹੋਰ ਵੀ ਕਈ ਸੈਲੀਬ੍ਰੇਟ ਦੇ ਬਣ ਚੁੱਕੇ ਜੀ ਮੇਰੇ ਦਸਤਾਰ ਜੀ। ਕੱਲ ਮੋਦੀ ਜੀ ਨਾਲ ਫੋਟੋ ਖਿੱਚੀ ਹੈ ਤੁਸੀਂ ਬਾਈ ਜੀ? ਹਾਂਜੀ ਹਾਂਜੀ ਸਰ, ਉਹਨਾਂ ਦੇ ਨਾ ਐਕਚੁਅਲ ਉੱਥੇ ਮੋਬਾਈਲ ਅਲਾਊਡ ਨਹੀਂ ਸੀਗਾ, ਤੇ ਉਹਨਾਂ ਦੇ ਨਾਲ ਜਿਹੜਾ ਕੈਮਰਾਮੈਨ ਹੁੰਦਾ ਜੀ, ਉਹਨਾਂ ਨੇ ਫੋਟੋ ਖਿੱਚੀ ਸੀ। ਤੇ ਉਹਨਾਂ ਨੇ ਮਤਲਬ ਕਿਹਾ ਵੀ ਸਾਡੀ ਐਪ ਹੈਗੀ, ਅਸੀਂ ਉਹ ਅਪਲੋਡ ਕਰਾਂਗੇ, ਉਹ ਫੋਟੋ ਫਿਰ ਮੈਨੂੰ ਮਿਲ ਜੂਗੀ ਜੀ ਜੀ। ਤੇ ਕਿਹੋ ਜਿਹਾ ਤਜਰਬਾ ਰਿਹਾ, ਕੀ ਮਤਲਬ ਮਹਿਸੂਸ ਕੀਤਾ ਤੁਸੀਂ ਜਦੋਂ ਇਸ ਤਰ੍ਹਾਂ ਉਹਨਾਂ ਦੇ ਦਸਤਾਰ ਸਜਾਈ? ਸਰ, ਮੈਨੂੰ ਦੇਖੋ ਏਦਾਂ ਹੋਇਆ ਜੀ, ਮੈਂ ਫਸਟ ਟਾਈਮ ਮਿਲਿਆ ਸੀ PM ਸਾਹਿਬ ਨੂੰ, ਜਿੱਦਾਂ ਆਪਾਂ TV 'ਚ ਜਾਂ ਦੇਖਦੇ ਹਾਂ ਜਾਂ ਜਿੱਦਾਂ ਆਪਾਂ ਨਿਊਜ਼ 'ਚ ਦੇਖਦੇ ਹਾਂ, ਮਤਲਬ ਬੜੇ ਡਾਊਨ ਟੂ ਅਰਥ ਪਰਸਨ ਲੱਗੇ ਮੈਨੂੰ। ਮਤਲਬ ਜਿੱਦਾਂ ਕੀ ਹੁੰਦਾ PM ਆ ਰਿਹਾ ਤੇ ਮਤਲਬ ਬੰਦੇ 'ਚ ਹੋਣ ਦੀ ਐਗੋ, ਮਤਲਬ ਉੱਦਾਂ ਦਾ ਕੋਈ ਸਿਸਟਮ ਨਹੀਂ ਦਿਖਿਆ ਮੈਨੂੰ, ਬੜੇ ਡਾਊਨ ਟੂ ਅਰਥ ਪਰਸਨ ਲੱਗੇ ਮੈਨੂੰ ਮੇਰੇ ਮਿਲਣ ਦੇ ਵਿੱਚ। ਮੈਂ ਮਤਲਬ ਜਦੋਂ ਸਟਾਰ 'ਚ ਆਈ ਉਹਨਾਂ ਦੇ, ਅੱਛਾ ਫੈਕਟ ਇਹ ਰਿਹਾ ਵੀ ਅੱਜ ਤੱਕ ਜਿੰਨੀਆਂ ਵੀ ਸਰਪੰਚ ਮੋਦੀ ਸਾਹਿਬ ਨੇ ਸਜਾਈਆਂ ਨੇ, ਹਨਾ, ਜਿਨ੍ਹਾਂ ਨੇ ਬੰਨੀਆਂ ਨੀ ਹੋਈਆਂ ਪਹਿਲਾਂ, ਉਹ ਸਰਪੰਚ ਤਕਰੀਬਨ 5 ਲੜੀ ਹੁੰਦੀਆਂ ਸੀਗੀਆਂ,
ਤੇ ਜਿਹੜੀ ਇਹ ਦਸਤਾਰ ਬੰਨੀ ਗਈ ਹੈ ਇਹ 7.80 ਬੰਨੀ ਗਈ ਹੈ, ਮਤਲਬ 7.5 ਤੇ ਫੁੱਲ ਸਾਈਜ਼ ਜਿਹਦਾ ਪਟਿਆਲਾ ਸ਼ੇਪ ਉੱਪਰ ਆਪਾਂ ਬੰਨਦੇ ਹਾਂ, ਤੇ ਉਹ ਵੀ ਮਤਲਬ ਪ੍ਰੋਪਰ 6 ਲੜੀ ਦਸਤਾਰ ਫਸਟ ਟਾਈਮ ਬੰਨੀ ਗਈ ਇਹਨਾਂ ਦੇ, ਤੇ ਬਹੁਤ ਸੋਹਣੀ ਛੂਟ ਕੀਤੀ ਹੈ ਕਿਉਂਕਿ ਬਿਲਕੁਲ ਉਹ ਪਟਿਆਲੇ ਆਏ ਸੀਗੇ ਤੇ ਪਟਿਆਲਾ ਸ਼ਾਹੀ ਉਹਨਾਂ ਦੇ ਸੋਹਣੀ ਲੱਗਣੀ ਸੀਗੀ, ਇਸ ਹਿਸਾਬ ਨਾਲ ਹੀ ਉਹਨਾਂ ਦੇ ਉਹ ਦਸਤਾਰ 'ਚ ਆਈ ਹੈ ਜਿਹੜੇ ਉਹਨਾਂ ਨੇ ਆਪਣੇ ਆਪ 'ਚ ਅਪਰੀਸ਼ੀਏਟ ਕੀਤਾ ਵੀ ਸਾਨੂੰ ਬਹੁਤ ਵਧੀਆ ਲੱਗੀ ਹੈ ਤੁਹਾਡੀ ਦਸਤਾਰ 'ਚ ਆਈ ਹੋਈ, ਤੇ ਉਸ ਤੋਂ ਬਾਅਦ ਫਿਰ ਅਸੀਂ ਫੋਟੋ ਵੀ ਕਰਵਾਈ ਸੀ ਜੀ। ਅੱਛਾ, ਗੱਲਬਾਤ ਵੀ ਹੋਈ ਕੋਈ ਕੋਈ ਤੁਹਾਡੇ ਨਾਲ ਛੋਟੀ ਮੋਟੀ ਵਾਰਤਾ ਹੋਈ ਹੋਵੇ? ਨਹੀਂ, ਕਿਉਂਕਿ ਉਹਨਾਂ ਕੋਲ ਨਾ ਜੀ ਸਮਾਂ ਹੀ ਬਹੁਤ ਘੱਟ ਸੀਗਾ ਜੀ, ਕਿਉਂਕਿ ਉਹਨਾਂ ਨੇ ਸਟੇਜ 'ਤੇ ਜਾਣਾ ਸੀਗਾ, ਸਟੇਜ 'ਤੇ ਜਾਣ ਕਰਕੇ ਉਹਨਾਂ ਕੋਲ ਸਿਰਫ 5-7 ਮਿੰਟ ਹੀ ਸੀਗੇ ਜਿਹੜੇ ਦਸਤਾਰ 'ਚ ਜਾਣ ਦੇ ਸੀਗੇ, ਤੇ ਉਹਨਾਂ ਟਾਈਮ ਦੇ ਵਿੱਚ ਹੀ ਮੈਨੇ ਆਲਰੇਡੀ ਪੌਣੀ ਵਗੈਰਾ ਪਹਿਲਾਂ ਕਰਕੇ ਰੱਖੀ ਹੋਈ ਸੀ, ਤੇ ਨਾਲ ਦੀ ਨਾਲ ਹੀ ਉਹ ਆਏ ਤੇ ਮੈਂ ਨਾਲ ਦੀਆਂ ਟਰਮ ਬੰਨਣੀ ਟਾਈਮ ਸ਼ੁਰੂ ਕਰਤੀ ਜੀ ਬੰਨੀ ਉਹਨਾਂ ਦੇ ਮਤਲਬ ਜੀ, ਤੇ ਟਰਮ ਬੰਨ ਕੇ ਨਾਲ ਦੀ ਉਹਨੇ ਐਨਕ ਲਗਾਈ ਤੇ ਫੋਟੋ ਖਿਚਵਾਈ ਤੇ ਨਾਲ ਦੀ ਨਾਲ ਉਹ ਸਟੇਜ ਤੇ ਚਲੇ ਗਏ ਸੀ ਜੀ ਜੀ। ਜ਼ਿਆਦਾ ਵਾਰ ਨਹੀਂ ਹੋ ਪਿਆ ਜੀ ਕਿਉਂਕਿ ਸਮਾਂ ਬਹੁਤ ਘੱਟ ਸੀਗਾ, ਤੁਸੀਂ ਸਮਝ ਸਕਦੇ ਹੋ ਪੀ ਐਮ ਸਾਹਿਬ ਕੋਲ ਇੰਨਾ ਸਮਾਂ ਪਵੇਗਾ ਨੀ ਵੀ ਬਿਲਕੁਲ ਬਿਲਕੁਲ ਮਤਲਬ ਇੰਨਾ ਟਾਈਮ ਕਰ ਸਕਣ। ਪੁਰਾਣੀ ਫੋਟੋ ਦੇਖੀਆਂ ਸੀ ਪਹਿਲਾਂ, ਕਿਸੇ ਕਿਸੇ ਟਰਬਨ ਤਿੱਤੀ ਲੱਗੀ ਹੋਣੀ ਸੀ ਪਈ, ਪਰ ਜਿਹੜੀ ਅਸੀਂ ਪਟਿਆਲਾ ਘਰਾਣੀ ਦਸਤਾਰ ਪਟਿਆਲਾ ਸ਼ਾਹੀ ਬੰਨੀ ਸੀਗੀ ਤੇ ਉਹਦੇ ਚ ਟਿੱਤੀ ਲਗਾ ਕੇ ਪ੍ਰੋਪਰ ਫਿਰ ਬੰਨੀ ਸੀਗੀ, ਤੇ ਮੈਂ ਜਦੋਂ ਉਹਨੇ ਐਨਕ ਲਗਾਉਣ ਲੱਗਿਆ ਤੇ ਮੈਂ ਉਹਨੂੰ ਕਿਹਾ ਵੀ ਸਾਡੇ ਜਿਵੇਂ ਪਟਿਆਲੇ ਦੀ ਐਨਕ ਅਸੀਂ ਲੜਦੇ ਵਿੱਚ ਲਗਾਉਂਦੇ ਹਾਂ, ਪਰ ਉਹ ਕਹਿੰਦੇ ਵੀ ਨਹੀਂ ਮੈਨੂੰ ਤਾਂ ਕੰਫਰਟੇਬਲ ਨਹੀਂ ਫੀਲ ਰਹੂਗਾ, ਮੈਂ ਮਤਲਬ ਦੋਨੋਂ ਸਾਈਡਾਂ ਤੇ ਲਿਆਣੇ ਸਿੱਧੀ ਲਗਾਉਣਾ ਜਿਵੇਂ ਤੁਸੀਂ ਕੱਲ ਫੋਟੋ 'ਚ ਦੇਖਿਆ ਵੀ ਹੋਣਾ ਵੀਡੀਓ ਦੇ ਵਿੱਚ, ਤੇ ਉਹਦਾ ਵੀ ਮਤਲਬ ਕੰਫਰਟੇਬਲ ਰਿਹਾ ਵੀ ਉਹਨਾਂ ਦੇ ਨਾਲ ਅਧਿਕਾਰੀ ਖੜੇ ਸੀਗੇ, ਜਦੋਂ ਮੈਂ ਲਾਸਟ ਲੜ ਲਗਾ ਰਿਹਾ ਤੇ ਉਹਨਾਂ ਨੇ ਟਰਬਨ ਬੰਨਿਆ ਦੀ ਤਾਰੀਫ ਕੀਤੀ ਉਹਨਾਂ ਦੇ ਸਾਹਮਣੇ, ਉਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਸੀ, ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਵੀ ਉਹਨਾਂ ਦੇ ਨਾਲ ਜਿਹੜੇ ਮੇਨ ਸਿਕਿਉਰਿਟੀ ਦੇ ਸੀ ਉਹਨਾਂ ਨੇ ਤਾਰੀਫ ਕੀਤੀ ਵੀ ਲੜਕੇ ਨੇ ਕਿੰਨੇ ਘੱਟ ਟਾਈਮ ਦੇ ਵਿੱਚ ਇੱਡੀ ਸਾਫ਼ ਭਗਵੰਤ ਜੀ ਬਾ ਕਮਾਲ ਹੈ। ਬਿਲਕੁਲ ਮਿਹਰਬਾਨੀ ਅਮਰਦੀਪ, ਮੂਮੈਂਟ ਸੀਗਾ ਬਿਲਕੁਲ ਬਿਲਕੁਲ ਅਮਰਦੀਪ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਕੱਲ੍ਹ ਦਾ ਬੜਾ ਇੱਕ ਤੁਹਾਡੇ ਲਈ ਮਾਣ ਵਾਲੀ ਗੱਲ ਹੈ, ਪਟਿਆਲੇ ਵਾਸਤੇ ਮਾਣ ਵਾਲੀ ਗੱਲ ਹੈ, ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪਾਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਝੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦੇਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ,
ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।